ਕਰਦਾ ਹੈ ਕਿ ਮੋਰਲ ਕੋਡ ਆਫ ਕੰਡਕਟ 'ਚ ਕਈ ਤਰ੍ਹਾਂ ਦੀ ਚੀਜ਼ਾਂ ਅਲਾਊਡ ਹੈ, ਕਈ ਤਰ੍ਹਾਂ ਦੀ ਚੀਜ਼ਾਂ ਨਹੀਂ ਅਲਾਊਡ, ਖਾਸ ਕਰਕੇ ਜਿਹੜੀ ਪਬਲਿਕ ਪ੍ਰੋਪਰਟੀ ਦਾ ਡਿਫੇਸਮੈਂਟ, ਪਬਲਿਕ ਪ੍ਰੋਪਰਟੀ 'ਤੇ ਕਿਸੇ ਵੀ ਤਰ੍ਹਾਂ ਦਾ ਪੋਸਟਰ ਜਾਂ ਬੈਨਰ ਲਗਾਉਣਾ ਉਹ ਅਲਾਊਡ ਨਹੀਂ ਹੈਗਾ। ਜਿਹੜੇ ਵੀ ਪੋਸਟਰ ਬੈਨਰ ਇਹਨਾਂ ਨੇ ਲਗਾਉਣੇ ਆ, ਡੈਜ਼ਿਗਨੇਟਿਡ ਥਾਵਾਂ ਤੋਂ ਅਪਰੋਪਰੀਏਟ ਪ੍ਰਵਾਨਗੀ ਲੈ ਕੇ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦੇ ਨਾਲ ਵੀ ਅਸੀਂ ਮੀਟਿੰਗ ਕੀਤੀ, ਉਹਨਾਂ ਨੂੰ ਅਸੀਂ ਦੱਸਿਆ। ਇਸ ਤੋਂ ਇਲਾਵਾ ਰੈਲੀ ਦੀ ਪ੍ਰਵਾਨਗੀ, ਲਾਊਡ ਸਪੀਕਰ ਦੀ ਪ੍ਰਵਾਨਗੀ ਦੇ ਲਈ ਵੀ ਅਸੀਂ ਉਹਨਾਂ ਨੂੰ ਪ੍ਰੋਸੈਸ ਦੱਸਿਆ ਹੈ। ਸਾਡੇ ਆਫਿਸ ਸਾਹਿਬਾਨ ਨੂੰ ਵੀ ਅਸੀਂ ਕੱਲ੍ਹ ਸ਼ਾਮ ਤੋਂ ਹੀ ਫਲਾਇੰਗ ਸਕੁਆਡ ਦੀ ਟੀਮਾਂ ਦੀ ਆਪਾਂ ਕਰਦੀ ਹੈ ਸ਼ੁਰੂਆਤ, ਫਲਾਇੰਗ ਸਕੁਆਡ ਦੀ ਟੀਮਾਂ ਵੀ ਅਸੀਂ ਹੁਣ ਓਪਰੇਸ਼ਨਲ ਹੈ। ਇਸ ਤੋਂ ਇਲਾਵਾ ਵੱਖਰੇ ਵੱਖਰੇ ਥਾਂ 'ਤੇ ਜਿੰਨੇ ਵੀ ਬੈਨਰ ਹੋਰਡਿੰਗ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਉਤਰਵਾ ਰਹੇ ਨੇ ਤਾਂ ਕਿ ਇਕੁਅਲ ਪਲੇਇੰਗ ਫੀਲਡ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਅਵੇਲੇਬਲ ਕਰਵਾ ਸਕੀਏ ਬਿਨਾਂ ਕਿਸੇ ਡਰ ਔਰ ਲਾਲਚ ਦੇ ਵੋਟ ਦੇਣ ਦੇ ਲਈ। ਉਸ ਤੋਂ ਵੀ ਵੱਡੀ ਚੀਜ਼ ਇਨਸ਼ੋਰ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਜਾਂ ਪੇਡ ਨਿਊਜ਼ ਮੀਡੀਆ ਵੱਲੋਂ ਉਸ ਤੋਂ ਗੁਰੇਜ਼ ਕੀਤਾ ਜਾਵੇ। ਮੋਸਟਲੀ ਜਿਹੜੇ ਮੀਡੀਆ ਹੈ ਉਹ ਇਸ ਤਰ੍ਹਾਂ ਦੀ ਨਿਊਜ਼ ਦੇ ਨਾਲ ਆਲਰੇਡੀ ਉਹਨਾਂ ਨੇ ਆਪਣੀ ਡਿਸਟੈਂਸ ਕੀਤੀ ਹੋਈ ਹੈ। ਅਸੀਂ ਆਸ ਕਰਦੇ ਹਾਂ ਕਿ ਮੀਡੀਆ ਇਸ ਪੂਰੇ ਪ੍ਰੋਸੈਸ ਜੋ ਕਿ ਉਹ ਚੌਥਾ ਪਿਲਰ ਹੈਗਾ ਡੈਮੋਕ੍ਰੇਸੀ ਦਾ, ਸਾਡੇ ਨਾਲ ਇਸ ਲੋਕਤੰਤਰ ਦੇ ਸਭ ਤੋਂ ਬੜੇ ਉਤਸਵ 'ਚ ਨਾਲ ਮੋਢੇ 'ਤੇ ਮੋਢਾ ਲਾ ਕੇ ਅਸੀਂ ਨਾਲ ਰਹਾਂਗੇ।